ਆ ਬੱਚਿਆਂ ਵਾਲਾ ਘਰ ਘਰ ਨੂੰ ਪਹੁੰਚੇ ਤੇ ਜਾਂ ਇੱਥੇ ਡੁਆ ਤੇ ਫਿਰ ਪੰਜਾਬ ਲਿਆਂਦਾ ਜਾਵੇ। ਇੰਨਾ 40,000 ਲਾ ਕੇ ਕਿੱਥੋਂ ਜਾ ਸਕਦੇ ਵਕੀਲ ਹੈ ਕੋਈ ਗੱਲ ਮੇਰੀ ਡਿਊਟੀ ਆ ਕੋਈ ਗੱਲ ਬੇਨਤੀ ਦੀ ਗੱਲ ਤੁਸੀਂ ਹੁਕਮ ਕਰ ਕੋਈ ਗੱਲ। ਮੌਜੂਦਾ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਆ, ਇਸ ਕਰਕੇ ਆਪਾਂ ਉਹਨਾਂ ਦੇ ਗਾੜੀ ਗੁਜ਼ਾਰਿਸ਼ ਕੀਤੀ ਆ ਕਿ ਸਾਡੇ ਬੰਦੀ ਸਿੰਘ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾਏ। ਦੂਜੇ ਨੰਬਰ 'ਤੇ ਇਹ ਆ ਕਿ ਵੇਖੋ ਭਾਈ ਅੰਮ੍ਰਿਤਪਾਲ ਦਾ ਕੋਈ ਕਸੂਰ ਨਹੀਂ, ਉਹਨਾਂ ਦੇ ਖੂਨ ਵੀ ਬਣ ਗਿਆ ਡਿਬਰੂਗੜ੍ਹ ਤੋਂ, ਜਿਹੜੇ ਆਪਾਂ ਪੰਜਾਬ ਦੀਆਂ ਜੇਲ੍ਹਾਂ 'ਚ ਮੰਗ ਕੀਤੀ ਆ ਕਿ ਉਹਨਾਂ ਨੂੰ ਇੱਥੇ ਸ਼ਿਫਟ ਕੀਤਾ ਜਾਏ। ਹਾਲੇ ਤੀਕਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਆਪਾਂ ਧਾਰੀਵਾਲ ਕੋਲ ਇਹੋ ਹੀ ਮੰਗ ਕੀਤੀ ਆ। ਚਲੋ ਉਹਨਾਂ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ। ਸਾਰੇ ਜਿਹੜੇ ਲੀਡਰ ਹੁੰਦੇ ਆ ਚੰਗੇ ਵੀ ਹੁੰਦੇ ਅਤੇ ਸਾਰੇ ਮਾੜੇ ਵੀ ਨਹੀਂ ਹੁੰਦੇ। ਬੜੀ ਰਿਸਪੈਕਟ ਦੇ ਨਾਲ ਉਹਨਾਂ ਧਿਆਨ ਨਾਲ ਗੱਲ ਸੁਣੀ ਆ, ਉਹਦੇ 'ਤੇ ਗੌਰ ਕਰਨ ਨੂੰ ਕਿਹਾ ਵਾ। ਬਾਕੀ ਅੱਗੇ ਵੇਖੋ ਕਾਰਵਾਈ ਕੀ ਕਰਦੇ ਆ ਕੀ ਨਹੀਂ, ਕਿਉਂਕਿ ਇਲੈਕਸ਼ਨ ਵੀ ਸਿਰ 'ਤੇ ਆਈ ਆ। ਬੜੇ ਮਾਣ ਦੇ ਨਾਲ ਪੰਜਾਬ ਦੇ ਲੋਕਾਂ ਨੇ ਬੰਨੀਆਂ ਸੀਟਾਂ ਦੇ ਕੇ ਝਾੜੂ ਨੂੰ ਬਣਾਇਆ ਸੀ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਦੁਬਾਰਾ ਜਿਹੜੇ ਪਹਿਲੀਆਂ ਸਰਕਾਰਾਂ ਤੋਂ ਸਤਾਏ ਹੋਏ ਲੋਕ ਸੀ ਉਹਨਾਂ ਨੇ ਇਹ ਸਰਕਾਰ ਬਣਾਈ ਆ, ਅਤੇ ਜੇ ਇਹ ਸਰਕਾਰ ਵੀ ਜ਼ੁਲਮ ਕਰੂਗੀ ਤਾਂ ਬਹੁਤ ਹੀ ਮਾੜੀ ਆ ਫਿਰ ਤਾਂ ਪੰਜਾਬ ਵਾਸਤੇ। ਸਾਡਾ ਕੋਈ ਵੀ ਜਿਹੜਾ ਸਾਨੂੰ ਸਾਰਿਆਂ ਲੋਕਾਂ ਤੋਂ ਯਕੀਨ ਚੁੱਕਿਆ ਗਿਆ ਵਾ। ਇਸ ਕਰਕੇ ਆਪਾਂ ਇਹੋ ਹੀ ਇਹਨਾਂ ਨੂੰ ਬੇਨਤੀ ਕੀਤੀ ਹੈ, ਸਵਾਸ਼ਨ ਦਿੱਤਾ ਗਿਆ ਤੁਹਾਨੂੰ ਵਿਸ਼ਵਾਸ ਤਾਂ ਇਹੋ ਦੇ ਕੇ ਗਏ ਆ ਕਿ ਮੈਂ ਐਜ ਏ ਵਕੀਲ ਵੀ ਹਾਂ, ਨੁਮਾਇੰਦਾ ਮੈਂ ਬਾਅਦ 'ਚ ਆ, ਮੈਂ ਤੁਹਾਡੀ ਗੱਲ ਜਿਹੜੀ ਹੈ ਮੈਂ ਤੁਹਾਡੀ ਆਵਾਜ਼ ਜਿਹੜੀ ਆ ਚੁੱਕਾਂਗਾ। ਅਤੇ ਮੈਂ ਇਸ ਗੱਲ ਦੇ ਨਾਲ ਤੁਹਾਡੇ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ। ਜਿੱਦਾਂ ਤੁਹਾਡੀ ਭਾਈ ਸਾਹਿਬ ਦੀ ਮਾਤਾ ਜੀ ਆ ਬਿਨ ਕਸੂਰ ਤੋਂ ਉਹਨਾਂ ਨੂੰ ਉੱਧਰ ਚੁੱਕਿਆ ਗਿਆ ਵਾ, ਅਤੇ ਉਹਨਾਂ ਬਾਰੇ ਵੀ ਇਹੀ ਗੱਲ ਕੀਤੀ ਆ। ਭੈਣੇ ਜਦੋਂ ਅੰਬੇਦਕਰ ਨੇ ਕਾਨੂੰਨ ਬਣਾਇਆ ਸੀ ਸਾਰੇ ਭਾਰਤੀਆਂ ਲਈ ਇੱਕ ਕਾਨੂੰਨ ਸੀ, ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਅਸੀਂ ਸਿੱਖ ਬਰਾਦਰੀ ਦੇ ਨਾਲ ਹੈ, ਹੁਣ ਤੁਸੀਂ ਤੁਹਾਨੂੰ ਭਰੋਸਾ ਦੇ ਕੇ ਗਏ ਨੇ, ਇਹਨਾਂ ਨੇ ਭਰੋਸਾ ਦਿੱਤਾ, ਇਹੀ ਗ੍ਰਿਫਤਾਰ ਕਰਾਉਣ ਵਾਲੇ ਨੇ, ਇਹੀ NSA ਲਾਉਣ ਵਾਲੇ ਨੇ, ਇਹੀ ਭਰੋਸਾ ਦੇਣ ਵਾਲੇ ਨੇ, ਇਹ ਸਾਡੇ ਲਈ ਕਾਨੂੰਨ ਹੋਰ ਹੈ ਤੇ ਇਹਨਾਂ ਲਈ ਕਾਨੂੰਨ ਹੋਰ ਹੈ। ਦੇਖੋ ਡਾਕਟਰ ਅੰਬੇਦਕਰ ਦੇ ਸਾਰੇ ਸਿੱਖ ਜਨ
ਸਾਰਾ ਜਗਤ ਜਿਹੜਾ ਇਹਨਾਂ ਦਾ ਸਤਿਕਾਰ ਕਰਦਾ, ਡਾਕਟਰ ਸਾਹਿਬ ਦਾ ਸਾਰਾ, ਆਪਾਂ ਜਿਹੜੇ ਸਿੱਖ ਹੈ ਸਾਰੇ ਇਹਨਾਂ ਦੇ ਕਾਨੂੰਨ ਨੂੰ ਮੰਨਦੇ ਹਾਂ, ਕਿਉਂਕਿ ਡਾਕਟਰ ਅੰਬੇਦਕਰ ਦਾ ਆਪਣੇ ਹੱਕਾਂ ਦੀ ਗੱਲ ਲੈਣ ਲਈ ਅਸੀਂ ਜੇ ਕੋਈ ਸੰਘਰਸ਼ ਕਰਦੇ ਹਾਂ ਸਾਡੇ ਤੇ NSA ਲਗਾ ਦਿੱਤਾ ਜਾਂਦਾ, ਫਿਰ ਇਹ ਸਾਨੂੰ ਭਰੋਸਾ ਦੇ ਦਿੰਦੇ ਨੇ ਅਸੀਂ ਕੁਝ ਕਰਾਂਗੇ ਅਸੀਂ ਕੁਝ ਕਰਾਂਗੇ, ਤੁਸੀਂ ਇਹਨਾਂ ਦੇ ਭਰੋਸਿਆਂ ਤੇ ਵਿਸ਼ਵਾਸ ਕਰਦੇ ਹੋ? ਅਸੀਂ ਨਹੀਂ ਕਰਦੇ ਵਿਸ਼ਵਾਸ, ਸਾਡਾ ਫਰਜ਼ ਹੀ ਇੱਕ ਵਾਰੀ ਆਪਾਂ ਸ਼ਾਂਤਮਈ ਇਹਨਾਂ ਨੂੰ ਪੁੱਛ ਰਹੇ ਹਾਂ ਐਜ਼ ਅ ਨੁਮਾਇੰਦੇ ਆ ਤਾਂ ਕਰ। ਤੁਸੀਂ ਅੰਮ੍ਰਿਤਪਾਲ ਦੀ ਕੀ ਲੱਗਦੇ ਹੋ? ਠੀਕ ਹੈ ਜੀ, ਤੁਸੀਂ ਠੀਕ ਹੈ ਜੀ, ਤੁਸੀਂ ਸਰਦਾਰ ਜੀ, ਲਓ ਜੀ, ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਬਣਾਇਆ ਸੀ ਭਾਰਤ ਦੇ ਲਈ ਇੱਕ, ਸਾਰਿਆਂ ਲਈ, ਧਾਰਾਵਾਂ ਇੱਕ ਲੱਗਦੀਆਂ ਸਨ। ਕੀ ਕਹਿਣਾ ਚਾਹੋਗੇ ਤੁਸੀਂ, ਕੀ ਮੰਗ ਕਰਦੇ ਸਰਕਾਰ? ਇਹੋ ਹੀ ਮੰਗ ਕਰਦੇ ਆ, ਬੱਚਿਆਂ ਵਾਲਾ ਘਰ ਪਹੁੰਚੇ ਤੇ ਜਾਂ ਛੱਡੂ ਪੰਜਾਬ ਲਿਆਂਦਾ ਜਾਵੇ। ਇੰਨਾ 40,000 ਲਾ ਕੇ ਅਸੀਂ ਕਿੱਥੋਂ ਜਾ ਸਕਦੇ ਹਾਂ? ਆਪਣੇ ਸਾਹਮਣੇ ਮੋਰਚਾ ਲੱਗਾ ਬੰਦੀ ਸਿੰਘਾਂ ਦਾ, ਦੇਖੋ ਉਹਨਾਂ ਦਾ ਕੋਈ ਕਸੂਰ ਤੇ ਨਹੀਂ। ਹਾਂਜੀ, ਤੋਂ ਸਭ ਤੋਂ ਪਹਿਲਾਂ ਮੈਂ ਆਵਾਜ਼ ਉਠਾਊਂਗਾ, ਦੇਖੋ ਅੱਜ ਆਪਾਂ ਆਵਾਜ਼ ਚੁੱਕੀਏ, ਅਸੀਂ ਵੀ ਤੁਹਾਡੇ ਨਾਲ ਆ। ਅਗਰ ਤੁਸੀਂ ਸਾਡੇ ਬੰਦੀ ਸਿੰਘ ਜਿਹੜੇ ਇੱਥੇ, ਹੁਣ ਦੇਖੋ ਭਾਈ ਅੰਮ੍ਰਿਤਪਾਲ ਦੀ ਮਾਤਾ ਦਾ ਕੀ ਕਸੂਰ ਆ, ਅੱਜ 7 ਤਰੀਕ ਨੇ ਉਹਨਾਂ ਨੂੰ ਚੁੱਕਿਆ ਹੋਇਆ ਵਾ, ਕਿਉਂਕਿ ਅਸੀਂ ਨਗਰ ਕੀਰਤਨ ਵਾਸਤੇ ਚੱਲੇ ਸੀ ਉੱਥੇ, ਜਿਹੜਾ ਦਮਦਮਾ ਸਾਹਿਬ ਪ੍ਰਸ਼ਾਸਨ ਨੂੰ ਵੀ ਪਤਾ ਵਾ।